ਪੰਜਾਬ ਦੇ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਬਹੁਤ ਸਾਰੇ ਸੀਨੀਅਰ ਅਕਾਲੀ ਆਗੂ, ਸੀਨੀਅਰ ਜਿਹੜੇ ਮੰਨੇ ਜਾਂਦੇ ਸਨ ਅਕਾਲੀ ਦਲ ਦੇ ਥੰਮ ਮੰਨੇ ਜਾਂਦੇ ਸਨ, ਉਹ ਬੀਜੇਪੀ ਦੀ ਸ਼ਰਨ ਦੇ ਵਿੱਚ ਜਾ ਰਹੇ ਹਨ। ਆਹ ਸਾਡੇ ਨਾਲ ਖੜੇ ਹਨ ਕੁਲਦੀਪ ਸਿੰਘ ਭੋਗਲ, ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਕੀ ਸਾਰੀ ਉਮਰ ਹੀ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਗੁਜ਼ਾਰੀ। ਇਹ ਵੀ ਬੀਤੇ ਦਿਨੀ ਬੀਜੇਪੀ ਦੇ ਵਿੱਚ ਆਪਣਾ ਸ਼ਾਮਿਲ ਹੋ ਗਏ ਹਨ। ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੋਗਲ ਸਾਹਿਬ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਸਾਹਿਬ, ਜੇਕਰ ਤੁਹਾਡੀ ਪਿਛੋਕੜ ਦੀ ਗੱਲ ਕਰੀਏ, ਤੁਹਾਡੀ ਉਮਰ ਦੀ ਗੱਲ ਕਰੀਏ, ਤੁਹਾਡੀ ਸਾਰੀ ਉਮਰ ਲਗਭਗ ਅਕਾਲੀ ਦਲ ਦੇ ਨਾਲ ਰਹੀ ਹੈ, ਕੀ ਐਸਾ ਭਾਣਾ ਵਰਤਿਆ ਇੱਕਦਮ ਤੁਹਾਨੂੰ ਬੀਜੇਪੀ ਦੇ ਵਿੱਚ ਜਾਣਾ ਪੈ ਗਿਆ? ਅੰਮ੍ਰਿਤਪਾਲ ਜੀ, ਸਭ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕਮ ਸੇ ਕਮ 40 ਸਾਲ ਤੋਂ ਉੱਤੇ ਦਾ ਟਾਈਮ ਹੋ ਗਿਆ ਮੈਂ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਰਿਹਾ। ਮੈਂ ਆਪਣੇ ਆਪ ਨੂੰ ਲੀਡਰ ਨਹੀਂ ਸਮਝਦਾ ਸੀ, ਵਫਾਦਾਰ ਸਿਪਾਹੀ ਸਮਝਦਾ ਸੀ। ਮੇਰੇ ਪਿਤਾ, ਮੇਰੇ ਦਾਦਾ, ਉਹ ਹਮੇਸ਼ਾ ਅਕਾਲੀ ਦਲ ਦੇ ਨਾਲ ਰਹੇ। ਜਦ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਤੋਂ ਕਦਮ ਪਿੱਛੇ ਖਿੱਚੇ, ਸੁਖਬੀਰ ਸਿੰਘ ਬਾਦਲ ਜਦ ਆਏ ਤਾਂ ਇਹਨਾਂ ਦੀ ਜੋ ਹੈਂਕੜੀ ਸੀ ਨਾ, ਉਹ ਵਰਕਰਾਂ ਨੂੰ ਮਾਰ ਗਈ। ਔਰ ਇਹਨਾਂ ਦੀ ਜਿਹੜੀ ਪ੍ਰਾਈਵੇਟ ਕੰਪਨੀ ਜਿਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਮਜੀਠੀਆ, ਹਰਸਿਮਰਤ, ਇਹਨਾਂ ਦਾ ਜਵਾਈ ਬਾਦਲ ਸਾਹਿਬ ਦਾ, ਔਰ ਕਈ ਬੰਦੇ, ਇਹ ਇੱਕ ਪ੍ਰਾਈਵੇਟ ਕੰਪਨੀ ਬਣ ਕੇ ਰਹਿ ਗਈ ਜੇ ਸਾਨੂੰ ਸੁਖਬੀਰ ਸਿੰਘ ਬਾਦਲ ਨੇ ਆਲ ਇੰਡੀਆ ਦੇ ਵਿੱਚ ਬਣਾਇਆ ਹੈ, ਵਾਈਸ ਪ੍ਰੈਜ਼ੀਡੈਂਟ ਬਣਾਇਆ ਜਾਂ ਉਸ ਤੋਂ ਪਹਿਲੇ ਜਥੇਬੰਦਕ ਸਕੱਤਰ ਬਣਾਇਆ। ਸਾਡੇ ਕੋਲੋਂ ਅੱਜ ਤੱਕ ਪਾਰਟੀ ਦੇ ਬਾਰੇ ਕੁਛ ਨਹੀਂ ਪੁੱਛਿਆ, ਸਾਨੂੰ ਹਮੇਸ਼ਾ ਮਾਰਨ ਦੀ ਕੋਸ਼ਿਸ਼ ਕੀਤੀ ਔਰ ਸਾਨੂੰ ਆਸ਼ੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਮਗਰ ਅਸੀਂ ਆਸ਼ੇ 'ਤੇ ਨਹੀਂ ਗਏ। ਅਸੀਂ ਹਮੇਸ਼ਾ 1984 ਦੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਇਆ। ਔਰ ਜਿਹੜੇ ਲੋਕ ਕਹਿੰਦੇ ਸੀ ਨਾ ਇਸ ਲੜਾਈ ਨੂੰ ਅਸੀਂ ਲੜਿਆ, ਮੈਂ ਉਹਨਾਂ ਕੋਲ ਪੁੱਛਣਾ ਚਾਹੁੰਦਾ ਬਈ ਉਸ ਟਾਈਮ ਤੁਹਾਡੀ ਕਿਤਨੀ ਉਮਰ ਹੈਗੀ ਸੀ? ਮੈਂ ਲੜਾਈ ਨੂੰ ਜਿੰਦਾ ਰੱਖਿਆ, 84 ਦੀ ਲੜਾਈ, ਔਰ ਅੱਜ ਵੀ ਦਿੱਲੀ ਔਰ ਕਾਨਪੁਰ ਦੇ ਵਿੱਚ ਲੜਦਾ ਪਿਆ। ਭੋਗਲ ਸਾਹਿਬ, ਜਿਹੜੀ ਬੀਜੇਪੀ ਦੇ ਵਿੱਚ ਜਾਣ ਦੀ ਰਵਾਇਤ ਦਿੱਲੀ ਤੋਂ ਸ਼ੁਰੂ ਹੋਈ, ਪਹਿਲੇ ਮਨਜਿੰਦਰ ਸਿੰਘ ਸਿਰਸਾ, ਔਰ ਇਹ ਜੋ ਸੁਖਬੀਰ ਬਾਦਲ ਦੇ ਬਹੁਤ ਹੀ ਖਾਸਮ ਖਾਸ ਮੰਨੇ ਜਾਂਦੇ ਸਨ, ਫੈਮਿਲੀ ਮੈਂਬਰ ਮੰਨੇ ਜਾਂਦੇ ਸਨ, ਉਹ ਗਏ, ਉਸ ਤੋਂ ਬਾਅਦ ਤੁਸੀਂ ਆਪਣਾ ਬੀਜੇਪੀ ਸ਼ਾਮਿਲ ਹੋਏ, ਹੋਰ ਕਿੰਨੇ ਕੁ ਜਿਹੜੇ ਸਿੱਖ ਲੀਡਰ ਨੇ ਉਹ ਬੀਜੇਪੀ ਜਾਣ ਦੀ ਤਿਆਰੀ ਵਿੱਚ ਨੇ? ਦੇਖੋ, ਮੈਂ ਬੀਜੇਪੀ ਵਿੱਚ ਗਿਆ ਉਹ ਇਸੀ ਵਜ੍ਹਾ ਨਾਲ ਗਿਆ ਕਿ ਸੁਖਬੀਰ ਬਾਦਲ ਦੀ ਜਿਹੜੀ ਗੱਲਾਂ ਸੀ, ਜਿਹੜੀ ਗੱਲ ਨਹੀਂ ਕਰਦਾ ਸੀ, ਲੋਕ ਬਾਹਰ ਖੜ੍ਹੇ ਰਹਿੰਦੇ ਸੀ, ਉਹਦੀ ਕੋਠੀ ਦੇ ਮਿਲਦਾ ਨਹੀਂ ਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੇਰਾ ਜੋ ਦਿਲ ਸੀ ਉਹ ਟੁੱਟ ਗਿਆ। ਮਗਰ ਮੈਂ ਸ਼੍ਰੀ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹਨਾਂ ਨੇ ਜੋ ਸਿੱਖਾਂ ਦੇ ਨਾਲ ਆਪਣੀ ਸਹਾਨੁਭੂਤੀ ਦਿਖਾਈ ਲਗਾਤਾਰ, ਤੁਸੀਂ ਹੁਣ ਮਾਮਲਾ ਮੰਨ ਲਓ ਨਾ ਕਰਤਾਰਪੁਰ ਸਾਹਿਬ ਦਾ, ਉਸ ਤੋਂ ਬਾਅਦ ਕਿਸਾਨਾਂ ਦਾ ਮਾਮਲਾ ਆਇਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਉਹਨਾਂ ਨੇ ਮਾਫ਼ੀ ਵੀ ਮੰਗੀ ਕਿਸਾਨਾਂ ਤੋਂ। ਇਹ ਜਿਸ ਦਰ 'ਤੇ ਅਸੀਂ ਖੜ੍ਹੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ, ਇੱਥੇ ਉਹ ਨਤਮਸਤਕ ਵੀ ਹੋਏ। ਇਹ ਹੁਣ ਪਿਛਲੇ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਮੈਂ ਭਾਵੁਕ ਹੋਇਆ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਦੇਖਦੇ ਹੋਏ ਉਹਨਾਂ ਨੇ 26 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਕਿ ਹਰ ਸਾਲ ਛੁੱਟੀ ਹੋਇਆ ਕਰੇ। ਅਸੀਂ ਕਈ ਸਾਲਾਂ ਤੋਂ ਮੰਗ ਕਰਦੇ ਸੀ, ਔਰ ਇੱਕ ਬੀਜੇਪੀ ਦੇ ਜੋ ਮੈਂਬਰ ਹਨ ਲੋਕ ਸਭਾ ਦੇ, ਆਪਣਾ ਪਰਮੇਸ਼ ਵਰਮਾ ਜੀ, ਉਹਨਾਂ ਨੇ ਲਗਾਤਾਰ ਚਿੱਠੀਆਂ ਪਾਈਆਂ ਔਰ ਉਸ ਤੋਂ ਬਾਅਦ ਪਾਰਲੀਆਮੈਂਟ ਦੇ ਉਹ ਕਰਵਾ ਕੇ, ਸੈਨ ਕਰਵਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤੇ। ਅੱਜ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਜੋ ਕੰਮ ਕੀਤੇ, ਸਿੱਖਾਂ ਦੇ ਨਾਲ ਸਹਾਨੁਭੂਤੀ ਦਿਖਾਈ, ਉਹਨੂੰ ਦੇਖਦਿਆਂ ਹੋਇਆਂ ਮੈਂ ਬੀਜੇਪੀ ਵਿੱਚ ਗਿਆ। ਮਗਰ ਅੱਜ ਬੀਜੇਪੀ ਦਾ ਜੋ ਅਕਸ ਹੈ ਉਹ ਲਗਾਤਾਰ ਵਧੇਗਾ। ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਸਿੱਖਾਂ ਦੇ ਵਿੱਚ ਉਹਨਾਂ ਦੀ ਬੀਜੇਪੀ ਦੀ ਭਾਵਨਾ ਵਧੀ ਹੈ, ਉਹ ਚਾਹੁੰਦੇ ਹਨ, ਸਿੱਖ ਜਿਹੜਾ ਹੈਗਾ ਉਹ ਕਹਿੰਦਾ ਕਾਂਗਰਸ ਨਾਲ ਅਸੀਂ ਜਾ ਨਹੀਂ ਸਕਦੇ, ਹੋਰ ਕੋਈ ਪਾਰਟੀ ਹੈ ਨਹੀਂ, ਇੱਕ ਬੀਜੇਪੀ ਹੈ ਜਿਹੜੇ ਸਿੱਖਾਂ ਦੇ ਅਕਸ ਨੂੰ, ਸਿੱਖਾਂ ਦੇ ਵਿਕਾਰ ਨੂੰ ਹਮੇਸ਼ਾ ਇਸ ਦੇਸ਼ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਚਾਹੁੰਦੀ ਹੈ। ਕੁਲਦੀਪ ਸਿੰਘ ਭੋਗਲ ਜੀ, ਜੇਕਰ ਅਕਾਲੀ ਦਲ ਦੀ ਗੱਲ ਕਰੀਏ, 100 ਸਾਲ ਪੁਰਾਣੀ ਪਾਰਟੀ ਹੈ, ਸ਼ਹੀਦਾਂ ਦੀ ਜਥੇਬੰਦੀ ਹੈ, ਕੀ ਕਰ ਰਹੇ ਨੇ? ਅਕਾਲੀ ਦਲ ਦਾ ਗ੍ਰਾਫ ਦਿਨ ਬਾਏ ਦਿਨ ਗਿਰਦਾ ਜਾ ਰਿਹਾ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਦੇਖੋ ਅਕਾਲੀ ਦਲ ਦਾ ਗ੍ਰਾਫ ਇਸ ਵਜ੍ਹਾ ਨਾਲ ਗਿਰਦਾ ਪਿਆ ਹੈ ਕਿਉਂਕਿ ਜਿਹੜਾ ਪ੍ਰਧਾਨ ਹੀ ਜਿਹੜਾ ਹੈਗਾ ਹੈ ਉਹ ਕਿਸੇ ਨਾਲ ਗੱਲ ਨਹੀਂ ਕਰੇਗਾ, ਕਿਸੇ ਦੇ ਨਾਲ ਕੋਈ ਅਕਾਲੀ ਦਲ ਦੀ ਗੱਲ, ਇਹ ਆਪਸ ਵਿੱਚ ਵੀ 6-7 ਬੰਦੇ ਜਿਹੜੇ ਕਰਦੇ ਹੈਗੇ ਨੇ
वो आपस में फैसला करते हैं। सुखदेव सिंह ढींडसा सी वह क्यों छोड़ के गए इत्थे दिल्ली दे विच अपना जेड़े भुंदर साहब से उन्होंने उन्होंने प्रभारी बनाया सी। सरदार सुखबीर सिंह बादल ने लगातार उन्होंने और कोई बंदा नहीं मिलता सी। वो हर बार जब चार साल बीते सी गुरद्वारा कमेटी की इलेक्शन होंदी सी वो भुंदर साहब न प्रभारी बनाते सी। अज सानू दसो कि भुंदर साहब ने साडे नाल कितनी बार गल की या कितनी बार मैंबरां नू बुला के गल की। हमेशा देखो वो सिर्फ इको जिहड़ा प्रधान हुंदा सी उहदे कोल चले जांदे सी, हाँ भाई दस की हाल है गुरद्वारा कमेटी सही चल रही है तुसीं सही हो। पार्टी दे वर्कर नाल ते गल ही नहीं की उन्होंने। वो ग्राफ गिरदा गिरदा पिछली बार जब इलेक्शन हुई तो 21 सीटां आईयां सी, अज पार्टी 5 पार्टियां आईयां इस टाइम पंजाब दी इलेक्शन विच। अज तुसीं देख लो पिंडां दे विच इन्हां नू कोई वड़न नहीं दिंदा पिया। इस टाइम बादल किसानां दी पार्टी सी, अज की है जी इन्हां नू वड़न नहीं दिंदे पे उत्थे अपना तुहाड़े पिंडां दे विच। अज अकाली दल दा इह हाल है, सुखबीर सिंह बादल नू लोगां दीआं दुकानां च जाके कुलचे खाने पै रहे, जलेबियां खानियां पै रहीआं, उस तों बाद चाह पीणियां पै रहीआं। इह क्यों पीणियां पैणगीआं उन्हां नू समझ आ गई है कि असीं गए, क्योंकि वह वाकई गए और दिल्ली दे सिखां दे मनां विचों इह बिल्कुल खत्म हो चुके। भोगल साहब तुसीं गल कीती पंथक एजेंडिया ते बीजेपी काम कर रही है, पंथक मसलों हल कर रही है। 1984 की गल करिए तुसीं भी काफ़ी लंबे समय तो लड़ाई लड़ते आ रहे हो, लगभग 37-38 वरे हो गए हैं, इंसाफ नहीं मिले। तुहाडा अकाली दल का बीजेपी का काफ़ी 9 मास का रिश्ता रहा है, ये मसले तद नहीं हल हो सकते, हुण तुहानूं की लगता बीजेपी इस मसले दे तुहाडे नाल हैगी है? देखो सब तो पहले गल ए, असीं 34 साल 35 साल के सब तो ज़्यादा अगर राज किया कांग्रेस ने किया। कई सरकार आईया जिदे आई के गुजराल सी, देवगौड़ा सी, चंद्रशेखर सी, वीपी सिंह सी, हैं जी उस तो बाद रामा राव सी, एक कई पार्टियां आईया उस टाइम, सब तो ज़्यादा कांग्रेस आई क्योंकि ये पार्टियां ज़्यादा दिन चलिया नहीं। सब तो पहले मोदी ने एक काम किया जिदे विच सिखां दे विच एक नई लहर दौड़ गई, जिहड़ा सज्जन कुमार जिहड़ा कांग्रेस का वड्डा मगरमच्छ सी उदी लड़ाई असी लगातार लड़दे रहे और वो मोदी ने उन्हें जेल दियां सलाखां च भेजा, तय जिंदगी वो जेल दियां सलाखां च रहेगा। सिखां दे मनां विच एक आस्था जागी कि ये बंदा जिहड़ा जिन्हें सिख मारे जिन्हें गुरु के घर जलाए हैं जी वह बंदा जेल दियां जाना चाहिए। दूसरा गल करांगा मैं कानपुर की, कानपुर के अमृतपाल सिंह जी किसी को पता ही नहीं सी किहड़े बंदे कितने बंदे जिहड़े हैगे हन, वो 84 दे नरसहार दे विच अनवाल सी। मैं लगातार RTI दे विच जाके 34 बंदियां दे ना कढ़े, लगातार मैनू 4 साल लग गए उत्थे कानपुर दे विच थाणियां च घूमदियां घूमदियां। मेरे वकील जिहड़े सी नाल प्रसुन कुमार जी वह मेरे नाल सी और मैनू ना इस गल ते अज मैं गुरु तेग बहादुर साहब दे स्थान ते खलोता कदे झूठ नहीं बोलांगा, सच्चे पातशाह अगे ये जिहड़ी गुरद्वारा कमेटी सामने दफ्तर है जिदा इन्हां कोल पुछो अज ये कितनी बार मेरे नाल ये कानपुर दे विच गए तुहाडे बंदे, मैं तुहाडे नूं वी तुहाडे चैनल नूं वी धन्नवाद करदा जिहड़ा कई बार उत्थे कानपुर जाके उस 84 दी आवाज़ उठाया। इन्हां नूं पुछो ये अज तक मेरे नाल उत्थे गए 84 दी लड़ाई ने, जिहड़े कहिंदे मैं जिन्हां नूं श्रोमणी कमेटी ने सरोपा भी दित्ता सी उत्थे, वह पहले दसे अपनी उहदी उम्र कितनी हैगी है, उस टाइम कितने साल दा सी, जिहड़ियां गल्लां करदा 84 दी लड़ाई मैं जिंदा रखी है कानपुर दे विच। तुहानूं पता 34 केसां दे विच 70 बंदे जिहड़े हन वह गुनहगार होए हन। मेरी गल देश दे प्रधानमंत्री दे नाल भी होई सी, देश दे गृह मंत्री नाल भी होई सी कि भाई ये उत्थे बंदे 70 जिहड़े न वह चिन्हित हो चुके हन, वह अंदर जाणगे। और मैनूं लगता है कि जिहड़ी ये इलैक्शन डिकलेयर हो गई है, SIT ने अपनी रिपोर्ट जिहड़ी हैगी है वह योगी सरकार नूं दे दित्ती है, आने वाले दिनों दे विच जद इलैक्शन खत्म हो जाएगी तो इलैक्शन के बाद मैं लगता है कि वह 70 बंदे जिहड़े हैं वह जेल दियां सलाखां जाणगे। और मैं इस गल का धन्नवाद करदा राजनाथ सिंह जी का जिन्होंने SIT का
लागू करवाई और देश के प्रधानमंत्री का जिन्हों के मैं घर गया सी गुरु नानक देव जी के प्रकाश पुरब से उन्होंने सिक्का जारी किया 550 साल से उत्थे मैं उन्होंने सारी ये गल दसी सी 84 बारे कानपुर की। उन्होंने कहा कि आप फिक्र मत करें, ये हकीकत में होगा। अगर दिल्ली में सज्जन कुमार अंदर जा सकता है, यूपी के भी जो गुनहगार हैं जिन्होंने गुरु ग्रंथ साहब का वहाँ अपमान किया, उनको अगन भेंट किया, वो भी लोग जो हैं वो जाएंगे। बिल्कुल पंजाब विच भी जाऊंगा बीजेपी की कंपेनिंग वास्ते, यूपी विच कानपुर दे विच भी जाऊंगा। और मैनू उम्मीद हैगी है कि इस बार पंजाब दे विच भारतीय जनता पार्टी की सरकार बन जा रही है। तुहानू लगदा किसान खुश है? किसान बिल्कुल खुश है गए, वह किसान बिल्कुल खुश है गए न जेड़े जिन्हों पता है शांतमई किसान जोड़ा है वह इस टाइम मोदी ने नाल है, क्योंकि मोदी ने जो ये किया है किसानों की, और माफ़ी कद मंगी उस गुरु नानक देव महाराज के प्रकाश पुरब से। और मैं तुहानू दसना चाहता हाँ कि पंजाब विच एक चक्कर मार के मैं 3-4 दिन पहले गया सी, उत्थे हवा है बीजेपी की, और बीजेपी जिहड़ी छोटे दलों नू नाल लैके हैं जी वो चलेगी, उदे विच उत्थे उन्नू बेनीफिट होएगा। असी भी जाएंगे कि भाई उत्थे जाके ये उत्थे दसांगे लोगों नू कि मोदी ने जिथे 84 दे कातलां नू अंदर भेजा उत्थे सब तो वड्डा जिहड़ा एक वड्डा मसला सी कई सालों तो कि साहबजादियां दी जिहड़ी छुट्टी दा है 26 दिसंबर नू, वो मोदी ने एक कम करके एक वड्डा सिखां दे उत्ते एक ऐसा ए, मैं कहना खुशी आ गई सिखां दे विच कि पंजाबियां दे विच ए साहबजादे जिन्हां ने देश वास्ते हिंदू कौम वास्ते, और नाल ही मैं दसना चाहता कि उस टाइम गुरु तेग बहादुर साहब महाराज ने एवें नहीं किसी एक जिहड़ा हैगा सी अपना जिन्हों असी कवि कहिंदे आ उन्हें एक गुरु तेग बहादुर साहब दे वास्ते 2-3 कविता दे विच अपने शब्द के सी कि आनंदपुरी गुरु तेग बहादुर सतगुरु जी शरणाई, जद कश्मीरी पंडितों ने दातार नूं गल सुनाई, जंजू भी टुटा दस दिता, चोटी भी कटी विखाई, मत्थे तों है तिलक गया है जुल्म हंधेरी छाई, कर धर्म हो साडा खतरे विच है, नीहां सुलक मचाई, नीहां ते जिंद टंगी होई है, जीवन आस मुकाई, आनंदपुरी गुरु तेग बहादुर सतगुरु जी शरणाई। ये जिहड़े साहबजादे सी इह भी हिंदू धर्म की रख्या लई उन्हां नीहां दे विच चमकौर की गढ़ी दे विच लड़े, और अज मोदी ने यह जो वड्डा ऐलान किया है उहदे नाल जिथे जिथे पंजाबी बैठा है वो इस गल तो खुश है कि देखो साहबजाद्या दे शहीदी तो आए दिन लगातार ये जी छुट्टी 26 दिसंबर न होएगी। असी एक बारी फिर श्री नरेंद्र मोदी का दिल दिया गहराइया तो धनवाद करते हैं पंजाबियों की तरफों, और जिथे जिथे मेरा गुरु नानक नाम लेवा बैठा है उन्हों की तरफों की सच्चे पातशाह नरेंद्र मोदी को उम्र बख्शे, सेहत बख्शे, ता कि वो देश की समाज की और सिख भाईचारे की जिहड़ा हैगा उन्हूं उचाइयां ते लैके जा सके। इस सरदार कुलदीप सिंह भोगल जिन्होंने काफ़ी लंबा समा अकाली दल बतीत किया, बीते दिनों में ये बीजेपी के भी ज्वाइन कर गया, इन्होंने अज दावा किया है कि जो बीजेपी की सरकार है, जो श्री नरेंद्र मोदी जी की सरकार है, जिहड़े पंथक मसले होर भी काफ़ी लंबे समय तो चिरां तो लटक रहे हैं वह भी जल्द ही सिरे चढ़ाएंगे। कैमरामैन गुरदेव अमृतपाल सिंह दिल्ली।